ਆ ਕਿ ਰਹਿ ਇਹਦੀ ਤੇ ਲੋੜ ਹੀ ਨਹੀਂ ਯਾਰ, ਇਹਦੀ ਲੋੜ ਥੋੜੀ ਹੈਗੀ ਯਾਰ, ਕੀ ਕਰਨ ਦੇ ਤੈਨੂੰ ਤਾਂ ਇਹ ਥੋੜਾ ਜਿਹਾ ਲੰਮਾ। ਆਹ ਪਕੌੜਾ ਜਿਹੜਾ ਨਹੀਂ ਹੈ ਪੂਰਾ ਮਨਿੰਦਰ ਦੇ ਮੱਥੇ ਵਰਗਾ ਲੱਗਦਾ ਕਿ ਨਹੀਂ ਵੇ। ਫੜ ਲਓ ਚੂਚਾ, ਫੜ ਲਓ, ਫੜ ਲਓ, ਫੜ ਲਓ, ਹੱਪ ਕਰ ਦਿਓ, ਹੱਪ ਕਰ ਦਿਓ, ਹੱਪ ਕਰ ਦਿਓ, ਹੱਪ ਕਰ ਦਿਓ, ਕਦੋਂ ਹੱਪ ਕਰ ਦਿਓ, ਬਾਦ ਤੈਨੂੰ ਹੱਪ ਕਰ ਦਿਓ। ਦੋਵੇਂ ਨਿੱਕੇ ਨਿੱਕੇ ਲੱਗੇ ਵੇ, ਹੱਪ ਕਰ ਦਿਓ। ਚੂਚਾ ਕਿੱਥੇ ਆ, ਚੂਚਾ ਕਿੱਥੇ ਵਾੜਿਆ, ਉਹ ਵੀ ਕਿਤੇ ਮਸਤ ਹੋਇਆ ਇਹਦੇ ਨਾਲ ਲੱਗ ਕੇ ਹਨਾ। ਕੱਢ ਦਿਓ ਬਾਹਰ, ਕੱਢ ਦਿਓ, ਤਾਂ ਚੁੱਕ ਕੇ ਬਾਹਰ ਕੱਢ ਦਿਓ, ਉਹਨੇ ਮਾਰ ਦੇਣਾ ਹੀ, ਉਹਨੇ ਮਾਰ ਦੇਣਾ, ਕੱਢ ਦੇ, ਉਹਨੇ ਮਾਰ ਦੇਣਾ, ਕਦੇ ਤੌਣੀ ਲਾਉਣ ਡੀ ਉਹਨੂੰ। ਆ ਜਾਂਦਾ ਆ ਜਾਂਦਾ, ਆਹ ਗੱਡੀ ਦਾ ਕੰਮ ਕਰਵਾ ਕੇ ਲਿਆਈਏ ਹੁਣ, ਜਿਹੜਾ ਕੰਮ ਖਰਾਬ ਹੋਇਆ ਵਾ। ਜੇ ਤਾਂ ਟੱਚਿੰਗ ਜੀ ਕਰ ਦੇਣਗੇ ਚੰਗੀ ਤਰ੍ਹਾਂ ਇਹਨੂੰ ਵਧੀਆ, ਅਤੇ ਫਿਰ ਤਾਂ ਕਰਵਾ ਲਵਾਂਗੇ। ਜੇ ਨਾ ਕਰਨਗੇ ਸਹੀ ਤਾਂ ਫਿਰ ਕਹਿਣਗੇ ਵੀ ਇਹ ਮਾੜਾ ਮੋਟਾ ਕਲਮਾ ਲਾ ਦਿੰਦੇ, ਨਾ ਫਿਰ ਫਿਰ ਉਹ ਲਵਾ ਲਵਾਂਗੇ। ਮੈਂ ਤਾਂ ਮਨਿੰਦਰ ਭਾਅ ਜੀ ਗੱਡੀ ਨੂੰ ਠੀਕ ਕਰਵਾ ਲਿਆਵਾਂਗੇ, ਏਜੰਸੀ ਚੱਲੇ ਹਾਂ, ਉਹ ਏਜੰਸੀ ਕਹਿੰਦੇ ਹਾਂ ਵਾ ਇਹਦੇ ਸਰਵਿਸ ਸੈਂਟਰ 'ਤੇ, ਸਹੀ ਕਰਵਾ ਲਿਆਵਾਂਗੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੋਗ ਦੇ ਵਿੱਚ, ਅਤੇ ਇੱਧਰ ਅਤੇ ਉਸ ਤੋਂ ਬਾਅਦ ਦੇਖਦੇ ਹਾਂ ਕਿਤੇ ਨਾ ਕਿਤੇ ਜਾਂਦੇ। ਆਪਣੇ ਨਾਲ ਆ ਗਏ ਨੇ ਭਾਅ ਜੀ, ਅਤੇ ਆਪਾਂ ਆ ਗਏ ਹਾਂ ਸ਼ਿਰਾਜ ਦੇ ਸਕੂਲ, ਭਾਅ ਜੀ ਹੁਣ ਦੇ ਬੇਟੇ ਦੇ, ਅਤੇ ਮੈਂ ਤਾਂ ਫਸਟ ਟਾਈਮ ਆਇਆ ਸਕੂਲ। ਹੁਣ ਜਾ ਰਹੇ ਹਾਂ ਆਪਾਂ ਵਰਕਸ਼ਾਪ, ਮੈਂ ਏਜੰਸੀ ਕਹਿੰਦਾ ਭਰਾਵਾ, ਵਰਕਸ਼ਾਪ ਜਾ ਰਹੇ ਹਾਂ ਗੱਡੀ ਠੀਕ ਕਰਵਾਉਣ ਵਾਸਤੇ, ਦੇਖਣਾ ਕਿੰਨੇ ਕੁ ਪੈਸੇ ਲੱਗਦੇ, ਕੀ ਹਿਸਾਬ ਕਿਤਾਬ ਆ। ਮੇਰਾ ਇਰਾਦਾ ਇਹ ਆ ਵੀ ਇੰਸ਼ੋਰੈਂਸ ਦੇ ਵਿੱਚ ਨਾ ਹੀ ਆਪਾਂ ਕਲੇਮ ਨਾ ਹੀ ਲਈਏ ਵੀ, ਅਤੇ ਮੈਨੂੰ ਕੋਈ ਦੱਸ ਰਿਹਾ ਕਹਿੰਦਾ ਜੇ 400-500 ਦਾ ਕੰਮ ਹੋਵੇ ਤਾਂ ਉੱਦਾਂ ਦੇਖ ਕੇ ਕੰਮ ਕਰਾ ਲਓ ਵੀ, ਕਲੇਮ ਨਾ ਲਓ, ਕਲੇਮ ਤੁਹਾਨੂੰ ਮਿਲਣਾ 1,000 ਰੁਪਈਏ ਦਾ, ਅਤੇ ਜੇ ਚੀਜ਼ ਮਿਲ ਲਓ 500 ਰੁਪਏ ਦੀ ਹੋਊਗੀ, ਅਤੇ ਕਹਿੰਦੇ 500 'ਚ ਉੱਦਾਂ ਪਵਾ ਲਓ, ਇੰਸ਼ੋਰੈਂਸ ਫਿਰ ਬਚੀ ਰਹੂਗੀ, ਉਹਨੂੰ ਛੇੜਛਾੜ ਨਾ ਹੋਊਗੀ, ਸਹੀ ਕਿ ਨਹੀਂ। ਅਤੇ ਬਾਕੀ ਦੇਖਦੇ ਹੁਣ ਜਾ ਕੇ ਕੀ ਬਣਦਾ ਆ, ਜੇ ਤਾਂ ਜ਼ਿਆਦਾ ਪੈਸੇ ਲੱਗਣੇ ਫਿਰ ਦੇਖ ਲਵਾਂਗੇ, ਜੇ ਨਾ ਲੱਗਣਗੇ ਤਾਂ ਫਿਰ ਕਰਵਾ ਲਵਾਂਗੇ, ਇੱਦਾਂ ਹੀ ਇੰਸ਼ੋਰੈਂਸ ਤੋਂ ਬਿਨਾਂ ਕਰਵਾ ਲਵਾਂਗੇ। ਹਾਂ ਚੀਜ਼ਾਂ ਬੜੀਆਂ ਪੇਂਟ ਪੂੰਟ ਕਰ ਰਹੇ ਆ ਵੀ, ਕੋਈ ਮਤਲਬ ਆਉਣ ਵਾਲਾ ਵਾ ਅੰਮ੍ਰਿਤਸਰ? ਨਹੀਂ ਵੈਸੇ ਰੂਟੀਨ 'ਚ ਚੱਲਦਾ ਮੈਨੂੰ ਉਹ ਨਹੀਂ। ਹਾਂਜੀ ਹੋ ਜਾਓ ਹੋ ਜਾਓ ਹੋ ਜਾਓ ਲੈ ਵੀ ਫੈਕਟਰੀ, ਮੈਂ ਚਲੋ ਪੈਸਿਆਂ ਦਾ ਬੋਰਾ ਫੜ ਲਈਏ, ਉੱਥੇ ਰਲਣ ਡਿਆ ਹੈ ਗਲ ਗਏ ਬਸ। ਅਤੇ ਉਹ ਮੈਂ ਆਖਣ ਡਿਆ ਵੀ ਐਵੇਂ ਹਰ ਕੋਈ ਉੱਥੇ ਰੁੱਗ ਭਰ ਕੇ ਲਈ ਜਾਂਦਾ ਨੋਟ, ਅਤੇ ਮੈਂ ਚੱਲ ਅਸੀਂ ਵੀ ਲੈ ਕੇ ਆਪਣੀ ਗੱਡੀ ਗੁੱਡੀ ਵੀ ਚੰਗੀ ਤਰ੍ਹਾਂ ਸਹੀ ਕਰਾ ਲਈਏ, ਠੀਕ ਨਹੀਂ ਗੱਲ ਭਾਅ ਜੀ? ਯਾਰ ਪੈਸੇ ਭਾਵੇਂ ਆਉਣੇ ਚਾਹੇ ਨਹੀਂ ਆਉਣੇ, ਫੀਲਿੰਗ ਵੀ ਨਹੀਂ ਲਈਏ, ਫੀਲਿੰਗ ਲਓ ਜੀ, ਠੀਕ ਨਹੀਂ ਗੱਲ? ਯਾਰ ਹਰ ਕੋਈ ਬੰਦਾ ਵੱਡੀਆਂ ਵੱਡੀਆਂ ਗੱਲਾਂ ਮਾਰਦਾ, ਅਸੀਂ ਅੱਜ 2 ਵੱਡੀਆਂ ਗੱਲਾਂ ਮਾਰ ਲਈਆਂ ਤੇ ਸਾਡੀਆਂ ਮੰਚ ਤੇ ਨਾ ਕੋਈ ਚੜ੍ਹ ਦੇ, ਸਾਡੇ ਵਹਿ ਚੜ੍ਹ ਜਾਣੇ। ਹਾਂ ਸਹੀ ਗੱਲ ਹੈ, ਕਿਉਂ ਆਈ ਕਿ ਨਹੀਂ ਚਾਹ ਮੰਨਦੇ, ਹੁਣ ਚਾਹ ਆਊਗੀ, ਬਿਸਕੁਟ ਆ ਗਿਆ, ਹੁਣ ਗੱਲ ਕਰੋ, ਸਮੋਸੇ ਮੰਗਾਵਾਂ, ਫਿਰ ਕਹਾਂ ਵੀ ਕੰਪਲੇਂਟ ਪਾ ਦੇਣ, ਸਮੋਸੇ ਮੰਗਾਓ ਨੀ ਹੱਸਣ ਡਿਆ, ਹੱਸਣ ਡਿਆ ਯਾਦ ਰਿਹਾ ਮੈਂ ਕਰਨਾ, ਅਤੇ ਪਾਣੀ ਪੀ ਲਈ ਏਅਰਪੋਰਟ ਤੋਂ, ਪਾਣੀ ਪੀ ਜਾਣਾ ਉਹਨੇ ਕੋਈ ਕੰਮ, ਕਲੇਮ ਨਹੀਂ ਕਿ ਲੈਣਾ ਨਹੀਂ ਆਪਣਾ, ਮੈਂ ਹੁਣ ਡਿਸਾਈਡ ਕੀਤਾ ਕਲੇਮ ਨਹੀਂ ਲੈਣਾ, ਮਾੜੀ ਮੋਟੀ ਟੱਚਿੰਗ ਕਰਾ ਲਈ ਕਿਤੇ ਕਿੰਨਾ ਕੁ ਮਤਲਬ ਹੋਇਆ ਨੁਕਸਾਨ, ਕਿਤੇ ਮਾੜਾ ਜਿਹਾ ਤਾਂ ਹੈਗਾ ਵਾ। ਅਤੇ ਇੱਥੋਂ ਦੇ ਇੱਕ ਦੋ ਭਰਾ ਹੈਗੇ, ਉਹਨਾਂ ਨੌਲੇਜ ਦਿੱਤੀ, ਕਹਿੰਦੇ ਨਾ ਕਲੇਮ ਨਾ ਲਓ, ਫਾਇਦਾ ਕੋਈ ਨਹੀਂ ਹੈਗਾ, ਮੈਂ ਕਿਹਾ ਚਲੋ ਫਿਰ ਰੁਕ ਜਾਂਦੇ ਹਾਂ, ਕਿਉਂਕਿ ਮੁੜ ਕੇ ਜਦੋਂ ਆਪਾਂ ਅਗਲੀ ਇੰਸ਼ੋਰੈਂਸ ਹੋਣੀ ਆਪਣੀ, ਕਿਉਂਕਿ ਇਹ ਪਹਿਲੀ ਹੈ ਜੀ 1 ਸਾਲ ਦੀ, ਜੇ ਕੰਪਲੀਟ ਹੋਈ ਖਤਮ ਹੋਣੀ, ਦੂਸਰੀ ਕਰਾਵਾਂਗੇ ਨਾ, ਉਹਦੇ 'ਚ ਆਪਾਂ ਨੂੰ ਥੋੜ੍ਹਾ ਡਿਸਕਾਊਂਟ ਮਿਲ ਜੂਗਾ, ਨਾਲੇ 3-4 ਹਜ਼ਾਰ ਰੁਪਏ ਡਿਸਕਾਊਂਟ ਮਿਲ ਜਾਏਗਾ, ਜੇ ਆਪਾਂ ਨਹੀਂ ਕੋਈ ਕਲੇਮ ਲਵਾਂਗੇ ਤਾਂ, ਫਿਰ ਜੇ ਕਲੇਮ ਲੈ ਲਿਆ ਫਿਰ ਆਪਾਂ ਨੂੰ ਡਿਸਕਾਊਂਟ ਕੋਈ ਨਹੀਂ ਮਿਲਣਾ, ਕਿਉਂ ਮੰਨਦੇ ਫਿਰ
ਹੋਰ ਕੀ ਲਾਓਗੇ ਨਾਲ ਦੱਸੋ? ਮੈਂ ਵੈਸੇ ਉਹਨਾਂ ਨੂੰ ਕਿਹਾ ਹਲਕਾ ਫੁਲਕਾ ਮੰਗਾਓ, ਮੇਰਾ ਸਾਂਢੂ ਜਨਾਨੀ ਮੈਦਾ ਕਮਜ਼ੋਰ ਆ, ਮੈਂ ਕਿਹਾ ਸਮੋਸੇ ਨਹੀਂ ਚੱਲ ਸਕਦਾ। ਨਹੀਂ ਨਹੀਂ ਆਹ ਤੀਲੇ ਜੋ ਦੇ ਤੇ ਭਾਜੀ ਭਾਰੀ ਭਾਰੀ ਦੇ ਕਹਿਣ ਨੇ ਉਹ ਕੋ ਦੂਜੇ ਇਹ ਜਿੱਦਾਂ ਉਹਦੇ ਨਾ ਕੁਲਫੀ ਦੇ ਮੈਂ ਭਾਰੀ ਦੇ ਕਹਿਣ ਜ਼ਿਆਦਾ ਹੋ ਗਿਆ ਯਾਰ ਘੋਲਣ ਵਾਸਤੇ ਹੁਣ ਮੈਂ ਸੁਣਾ। ਭਾਜੀ ਕਹਿੰਦੇ ਆਹ ਗੱਡੀ ਨਵੀਂ ਆਈ ਹੈ ਜਿਹਨੇ, ਮੈਂ ਇਹ ਤਾਂ ਖੋਲ੍ਹ ਕੇ ਮੇਰੇ ਵਾਲੀ ਗੱਡੀ ਨੂੰ ਕੋਈ ਨਾ ਕੋਈ ਪਾ ਛੱਡੂਗਾ। ਹੈ ਭਾਜੀ ਚੱਲਦੀ ਤੁਹਾਡੀ ਕੋਈ ਨਾ ਕੋਈ ਇਹਦਾ ਖਲਵਾ ਕੇ ਪਵਾ ਦੂੰਗਾ। ਨਵੀਂ ਗੱਡੀ ਕੋਈ ਜਿਵੇਂ ਦੀ ਆਉਂਦੀ ਹੈ ਅਤੇ ਆਪਾਂ ਡੁੱਬ, ਮੈਂ ਹਾਂ ਪਤਾ ਨਹੀਂ ਕਿ ਜ਼ਖਮੀ ਹੋਈ ਮੈਂ ਖਣੀ। ਕਹਿੰਦੇ ਨਹੀਂ ਨਹੀਂ ਅਜੇ ਨਵੀਂ ਹੈ ਭਰਾਵਾ, ਨੰਬਰ ਵੇਖ ਲਓ ਝੱਟ ਲੱਗ ਜਾਂਦਾ। ਹੈਂ ਨੰਬਰ ਵਾ ਕੀ ਹੈ? PB08 ਗਾੜੀ ਨੰਬਰ ਲਗਾਓ ਉੱਦਾਂ। ਹੈਂ ਟੈਂਪਰੇਰੀ ਨੰਬਰ। ਚਲੋ ਕੋਈ ਨਹੀਂ, 12 ਵਜੇ ਤਾਂ ਆਪਾਂ ਆਏ, ਆਪਣਾ ਇਹਦਾ ਕੰਮ ਕੋਈ ਨਹੀਂ ਨਿਬੜਿਆ ਹੈਗਾ, ਬਸ ਲਾਰੇ ਲਾਈ ਜਾਂਦੇ ਹੁਣ ਕਰ ਦਿੰਦੇ ਹਾਂ ਕੜੀ ਕਿਹਨੂੰ ਕਰ ਦਿੰਦੇ ਹਾਂ, ਇਹ ਨਹੀਂ ਹੋਣਾ ਮੈਨੂੰ ਲੱਗਦਾ। ਅਸਲ 'ਚ ਨਾ ਗੱਡੀਆਂ ਬੜੀਆਂ ਹੁਣ ਸੇਲ ਹੋਣ ਡੀਆਂ ਨੇ ਅਤੇ ਵੈਸੇ ਬੇੜਾ ਗਰਕੀ ਆ ਗੱਡੀਆਂ ਦਾ, ਨਾ ਹੀ ਲਿਓ ਕੋਈ ਜਣਾ, ਉਹਨੇ ਆਖਣਾ ਨਾ ਕਹੋ ਆਪ ਲੈ ਲਈ ਤਾਂ ਦੂਜੇ ਨੂੰ ਕਹਿੰਦੇ ਨਾ ਲਓ। ਨਹੀਂ ਵਧੀਆ ਵਧੀਆ ਆ ਸਭ ਠੀਕ ਗੱਡੀਆਂ। ਹੈਂ ਬਲੈਕ ਗੱਡੀ ਨਹੀਂ ਲੈਣੀ ਚਾਹੀਦੀ, ਬਲੈਕ ਗੱਡੀ ਦਾ ਆਹ ਵਾਲਾ ਹਾਲ ਆ, ਮਤਲਬ ਦਾਗ ਮਤਲਬ ਬਹੁਤ ਜ਼ਿਆਦਾ ਲੱਭਦੇ ਆ, ਦਾਗ ਜਿਹੜੇ ਲੱਗੇ ਇਹ ਜ਼ਿਆਦਾ ਲੱਭਦੇ ਆ। ਆਹ ਐਸਟਰ ਰੱਖੀ ਇਹਨੇ ਡਰੋਪ ਕਰਨ ਵਾਸਤੇ, ਕੋਈ ਵੀ ਜਿੱਦਾਂ ਕਸਟਮਰ ਆਉਂਦਾ ਆ ਅਤੇ ਉਹਨੂੰ ਡਰੋਪ ਕਰਨ ਵਾਸਤੇ ਰੱਖਿਆ ਹੋਇਆ ਇਹ ਬੱਸ, ਇਹਨੂੰ ਕਿਤੇ ਨਾ ਕਿਤੇ ਛੱਡ ਕੇ ਆਉਣਾ। ਲੈ ਆਹ ਖਿਲਾਰੀ ਵੇਖਦਾ ਇਹਦੀ, ਉਹ ਇਹ ਬੰਦ ਨਹੀਂ ਦੀ ਨਾ ਨਾ, ਇਹਦਾ ਵੀ ਕੰਮ ਖਤਮ ਹੀ ਕਰਤਾ ਆ ਇਹਨਾਂ ਨੇ। ਚਲੋ ਕੋਈ ਨਹੀਂ, ਜਦੋਂ ਲੋਕਾਂ ਦੀਆਂ ਗੱਡੀਆਂ ਨਾ ਫਿਰ ਮੈਂ ਵੀ ਕਹਿ ਦਿੰਦਾ ਵੀ ਚਲੋ ਆਪਣੇ ਵਾਲੀ ਕੋਈ ਗੱਲ ਨਹੀਂ। ਆਹ ਬੜਾ ਵਧੀਆ ਲੱਗਾ, ਮੈਂ ਵੀ ਆਪਣੀ ਗੱਡੀ ਨੂੰ ਲਾਉਣਾ ਪੈਰ ਰੱਖਣ ਵਾਲਾ। ਚਲੋ ਬੈਠੋ ਹੁਣ ਇੱਥੇ ਜਾਣਾ ਆਪਾਂ, ਗੱਡੀ ਬਿਟਾਲੀ ਹੈ। ਹਾਂ ਮੈਂ ਕਿਹਾ ਬੜੇ ਵਧੀਆ ਜੁਗਾੜ ਜਿਹਾ ਤਾਂ ਇਹਨਾਂ ਨੇ ਹੈ ਨਾ, ਵੱਖਰਾ ਜਿਹਾ ਹੱਥ ਜੀ ਨਾ ਲੱਡੂ ਜਿਹਾ ਆ ਜਾਏ ਕਦੇ ਪਰਲੇ ਪਾਸੇ ਤਾਂ ਬਾਈਕ ਪਕੜੇ ਆ। ਪਰਲੀ ਪਰ ਨਹੀਂ ਨਹੀਂ ਉਹ ਇੰਡੀਕੇਟਰ ਹੈ, ਪਰਲੀ ਸਾਈਡ ਇੰਡੀਕੇਟਰ ਆ ਵੀ। ਹਾਂ ਇੱਕ ਆਹ ਵਾਈਪਰ ਵਾਈਪਰ ਹਾਂ ਆਹ ਕਦੇ ਕਦੇ ਫਿਰ ਨਹੀਂ ਆਹ ਆਹ ਜਿਹੜਾ ਅੱਛਾ ਅੱਛਾ ਆਹ ਲਾਈਟ ਦਾ ਹੀ ਮੀਟਰ ਹੈ, ਉਹ ਮੀਟਰ ਦੀ ਮਤਲਬ ਉਹ ਰੋਸ਼ਨੀ ਜੀ ਵਧਾਉਣੀ ਹੈ ਕਿ ਘਟਾਉਣੀ ਮੇਰੇ ਸਾਨੂੰ ਉਹ ਚੀਜ਼ ਕੀ ਹੈ? ਨਹੀਂ ਨਹੀਂ ਕੀ ਪਤਾ ਕੀ ਹੋਏ ਇਹ ਨਹੀਂ ਪਤਾ, ਇਹ ਪਤਾ ਨਹੀਂ ਕੋ ਆਪਾਂ ਨੂੰ ਨਾ, ਇਹ ਸ਼ਾਇਦ ਹੈ ਸ਼ਾਇਦ ਤੁਸੀਂ ਸਮਝ ਲਓ ਵੀ ਲੱਗਦਾ ਕਰੂਜ਼ ਕੰਟਰੋਲ ਆ। ਸਹੀ ਗੱਲ ਹੀ ਇਹ ਗੱਲ ਸਹੀ ਆ, ਬੜਾ ਵਧੀਆ ਸਿਸਟਮ ਸਨ ਰੂਫ ਹੈ ਇਹਦਾ ਵੀ ਵੱਡਾ ਹੀ ਹੈ ਨਾ ਜਿੱਡਾ ਮੇਰੇ ਵਾਲੀ ਗੱਡੀ ਦਾ ਆ ਸੇਮ ਹੀ। ਹਾਂ ਬਾਹਾਂ ਦੇ ਵੇ ਬਾਹਾਂ ਹੈ ਹੀ ਨਹੀਂ ਨਹੀਂ ਵਧੀਆ ਵਧੀਆ ਯਾਰ, ਪਤਾ ਕੀ ਗੱਲ ਪਾਉਂਦਾ ਨਹੀਂ ਹੈ ਦੀਦੀ ਨੇ ਕਹਿੰਦੇ ਪਾਉਂਦਾ ਨਹੀਂ ਹੈ ਅਤੇ ਫਿਰ ਇਹ ਫੜ ਕੇ ਇਹਦੀਆਂ ਗਰਮੀ ਲੱਗਦੀ ਗਰਮੀ ਲੱਗਦੀ ਦੀਦੀ ਨੇ ਬਹੁਤ ਬਣ ਕੇ ਕੱਟਤੀਆਂ ਇਹਦੀਆਂ। ਮੈਂ ਵੀ ਹੁਣ ਆਪਣੀ ਮੰਮੀ ਨੂੰ ਨਾ ਏਦਾਂ ਕਹਿਣਾ, ਮੰਮੀ ਜਿਹੜੀਆਂ ਮੈਂ ਚੀਜ਼ਾਂ ਨਹੀਂ ਪਾਉਂਦਾ ਉਹਨਾਂ ਦੀ ਬਾਹਾਂ ਕੱਟਦੇ ਕਿਹੜੀ ਗੇਮ ਖੇਡਣ ਡਿਆ? ਕੰਬਲ ਧੋਤੇ ਜੀ ਕਿ ਵੈਸੇ ਉਹਨਾਂ ਨੇ ਲੋਨ ਧੋਪ ਅੱਛਾ ਅੱਛਾ
ਤੁਹਾਡੀ ਭਾਅ ਜੀ ਵੀਡੀਓ ਕਿੰਨੇ ਪਾਈ ਇੱਕ ਤੁਹਾਡੀ ਵੀਡੀਓ ਪਾਈ ਯਾਰ ਕਿੰਨੇ ਉਹਨੇ ਹਾਂ ਇੰਸਟਾਗ੍ਰਾਮ ਤੇ ਵੇਖ ਮਾੜੀ ਜੀ ਉਹ ਨਹੀਂ ਪਾਈ ਯਾਰ ਮੈਂ ਨਹੀਂ ਪਾਈ ਆ ਵੇਖ ਲਓ ਇੱਥੇ ਕੱਢ ਕੇ ਇੰਸਟਾਗ੍ਰਾਮ ਤੇ ਤੁਸੀਂ ਮੈਂ ਪਾਈ ਨਹੀਂ ਦੱਸਾਂ ਪਾਈ ਹੋਈ ਨਾ ਵੇਖ ਲਓ ਮੈਂ ਨਹੀਂ ਪਾਈ ਮੇਰੇ ਆਈ ਡੀ ਕੱਢ ਕੇ ਮੈਂ ਪਾਈ ਨਹੀਂ ਕਿਹੜੀ ਵੀਡੀਓ ਹੈ ਲੈ ਜਾਣਾ ਚਾਹੁੰਦੇ ਵਾਲ ਕਟਾਉਣਾ ਸਹੀ ਗੱਲ ਜੀ ਬਸ ਬਰੂਜਾ ਇਹ ਕੀ ਮਸਾਲਾ ਹੈ ਅਸੀਂ ਮੈਂ ਆਪਣੀ ਧੀ ਰਾਣੀ ਘੁਆਉਣ ਆਇਆ ਨਹੀਂ ਸਵੇਰ ਦਾ ਗਿਆ ਸੀ ਨਹੀਂ ਮੈਂ ਸਵੇਰ ਦਾ ਗਿਆ ਸੀ ਪਾਪਾ ਨੂੰ ਲਾਡੀ ਤਾਂ ਕਰ ਦਿਓ ਕਦੋਂ 'ਚ ਇੱਕ ਲਾਡੀ ਕਦੋਂ ਵਾਹ ਵਾਹ ਕਰ ਦਿਓ ਵਾਹ ਵਾਹ ਇੱਕ ਚਲੋ ਆ ਪਾਪਾ ਦੀ ਪਾਰੀ ਕਰ ਦਿਓ ਇੱਕ ਅਸੀਂ ਪਾਪਾ ਨੂੰ ਲਾਡੀ ਨਹੀਂ ਕੀਤੀ ਓ ਯੋ ਪਾਰੀ ਕਰ ਦਿਓ ਇੱਕ ਇਹਨੇ ਪਹਿਲਾਂ ਪਾਰੀ ਕਰ ਲੈਂਦਾ ਮੈਨੂੰ ਆਪਣੀ ਧੀ ਨਾਲ ਪਾਰੀ ਕਰ ਦਿਓ ਵਾਹ ਪੁੱਤ ਮੇਰਾ ਹਾਂ ਮੇਰਾ ਪੁੱਤ ਹਰਗੁਣਾ ਵਿਆਹ ਤੇਰੇ ਉਹ ਲੈ ਬੱਚੀ ਪਾ ਦੋ ਇਹਨੂੰ ਕੁੱਟੀ ਪਾ ਦੇ ਏਤੇ ਵੀ ਐ ਬੱਚੀ ਪਾ ਦੋ ਇਹਨੂੰ ਇਹਨੂੰ ਬੱਚੀ ਪਾ ਦੋ ਹਰ ਕੋ ਕੁੱਟੀ ਪਾ ਦੇ ਇੱਧਰ ਕਰ ਬੱਚੀ ਪਾ ਦੋ ਹਾਂਜੀ ਕੁਲਚਾ ਵੇ ਆਪਾਂ ਬਟਾਲੇ ਵੀ ਖਾਂਦੇ ਪਰ ਅੰਮ੍ਰਿਤਸਰ ਦਾ ਕੁਲਚਾ ਅੰਮ੍ਰਿਤਸਰ ਦਾ ਹੀ ਆ ਉਹਦੇ ਨਾਲ ਦਾ ਕੁਲਚਾ ਨਾ ਬਟਾਲੇ ਸਾਡੇ ਤੇ ਵੈਸੇ ਲਗਭਗ ਮੈਂ ਇਹ ਘੱਟੋ ਘੱਟ ਨਹੀਂ ਤੇ 4-5 ਰੇੜੀ ਦਾ ਕੁਲਚਾ ਖਾ ਕੇ ਪਰ ਨਹੀਂ ਇਹਨਾਂ ਸਵਾਦ ਨਹੀਂ ਹੈਗਾ ਵੀ ਹਾਂਜੀ ਨਾ ਅਛੋ ਤੋ ਇਹ ਕੰਦਾ ਕੰਦਾ ਨਾ ਸਤਿ ਸ਼੍ਰੀ ਅਕਾਲ ਕਰ ਦਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀਤੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਕਰ ਦਿਓ ਨਾਲ ਸਾਰਿਆਂ ਨੂੰ ਇੱਕ ਵਾਰੀ ਫਿਰ ਕਰ ਦਿਓ ਵਾਹਿਗੁਰੂ ਚਲੋ ਹੁਣ ਬਾਬਾ ਜੀ ਨੂੰ ਮੱਥਾ ਟੇਕ ਦਿਓ ਮੱਥਾ ਵੀ ਟੇਕੋ ਚਲੋ ਠੀਕ ਹੈ ਖੁਸ਼ ਜੇ ਨਾ ਭਾਈ ਤੁਸੀਂ ਕਹਿੰਦੇ ਵੀ ਕੁੜੀ ਨੂੰ ਕੁਝ ਚੰਗੀ ਚੀਜ਼ ਵੀ ਸਿਖਾਓ ਅਤੇ ਚੰਗੀ ਚੀਜ਼ ਵੀ ਸਿਖਾਈ ਆ ਭਾਅ ਡੈਡੀ ਜੀ ਹੁਣਾਂ ਨੇ ਸਿਖਾਇਆ ਮਤਲਬ ਮੱਥਾ ਟੇਕਣਾ ਵਾਹਿਗੁਰੂ ਕਰਨਾ ਵਾਹਿਗੁਰੂ ਬੋਲੋ ਵਾਹਿਗੁਰੂ ਵਾਹਿਗੁਰੂ ਬੋਲੋ ਵਾਹਿਗੁਰੂ ਠੀਕ ਹੈ ਬੋਲਦੀ ਨਾ ਕੀ ਆ ਬੱਚੋ ਬੁੱਲੋ ਬੁੱਲੋ ਬੱਚੇ ਲਿਓ ਏਦਾਂ ਨੀ ਕਰੀ ਦਾ ਗੰਦੇ ਬੱਚੇ ਕਰਦੇ ਏਦਾਂ ਵੇਖ ਲਓ ਸਤਾਨੀ ਕਰਦੀ ਸਤਿ ਸ਼੍ਰੀ ਅਕਾਲ ਕੀਤੀ ਸਤਿ ਸ਼੍ਰੀ ਅਕਾਲ ਕਰਦੇ ਸਾਰਿਆਂ ਵਾਹਿਗੁਰੂ ਕਰਦਾ ਹੁਣ ਵਾਹਿਗੁਰੂ ਕਰਦਾ ਲੈ ਚਲੋ ਖਲੋ ਜਾ ਖਲੋ ਜਾ ਤਾਂ ਖਲੋ ਤਾਂ ਤੇ ਖਲੋ ਖਲੋ ਇੱਧਰ ਵਾਹਿਗੁਰੂ ਕਰੋ ਪਹਿਲਾਂ ਗੁਲਾਬ ਦਾ ਫੁੱਲ ਮੈਂ ਤੈਨੂੰ ਗੋਭੀ ਦਾ ਫੁੱਲ ਫੜਾਉਣ ਲੱਗਾ ਲੈ ਫੜ ਚੱਕ ਬਣਾ ਨਾਲੇ ਪਕੌੜੇ ਖਾਈ ਕੱਢ ਕੱਢ ਕੇ ਆਹ ਕੀ ਹੈ ਚਾਹ ਚਾਹ ਬਣ ਰਹੀ ਹੈ ਜੀ ਅਤੇ ਇਹ ਵਾਲੀ ਕੜਾਹੀ ਆਪਣੇ ਤਾਂ ਕਦੇ ਦੇਖੀ ਨਹੀਂ ਹੋਗੀ ਉਂਗੜੀ ਉਂਗੜੀ ਚੱਲਦੀ ਨਾ ਅੱਜ ਕੱਲ੍ਹ ਇਹ ਸਹੀ ਗੱਲ ਤੁਸੀਂ ਇੱਦਾਂ ਦੀ ਕੜਾਹੀ ਨਹੀਂ ਦੇਖੀ ਹੋਗੀ ਇਹ ਇਹ ਨਾ ਪਕੌੜੇ ਕੱਢਣ ਵਾਸਤੇ ਕੜਾਹੀ ਹੈ ਇਹ ਕੜਾਹੀ ਦਾ ਨਾਂ ਹੈਗਾ ਟੇਢੀ ਮੇਢੀ ਕੜਾਹੀ ਫੜਦਾ ਫੜਦਾ ਜਾ 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 ਫੜਦਾ ਫੜਦਾ ਕੁਛ ਨਹੀਂ ਹੁੰਦਾ ਜਾ ਜਾ
ਆ ਜਾ ਇੱਧਰ ਆ ਇੱਕ ਹੋਈ ਜਾ ਇੱਧਰ ਵੜਿਆ ਜੀ ਕਮਰੇ 'ਚ ਕਿੱਧਰ ਹੀ ਇੱਕ ਆਹ ਪਕੌੜਾ ਜਿਹੜਾ ਨਹੀਂ ਆ ਪੂਰਾ ਮਨਿੰਦਰ ਦੇ ਮੱਥੇ ਵਰਗਾ ਲੱਗਦਾ ਖਾਣੀ ਵੇ ਆਹ ਇੱਟਾਂ ਪਰਾਂ ਕਰ ਗਏ ਅਤੇ ਇੱਥੇ ਤਾਰ ਲਾਉਣ ਵਾਸਤੇ ਨਾ ਆਹ ਲੱਕੜ ਕੱਸਣੀ ਆ ਦੀਦੀ ਹੋਣਾ ਦੇ ਨਾ ਇੱਥੇ ਆਹ ਚੂਚਿਆਂ ਨੇ ਰੋਟੀ ਪਾਈ ਉਹਨਾਂ ਖਾਧੀ ਨਹੀਂ ਉਹ ਇਹਨਾਂ ਨੂੰ ਐਂ ਨੂੰ ਕਰਦੇ ਇੱਥੇ ਐਂ ਕਰਕੇ ਨਾ ਇਹਦੇ ਨਾਲ ਕੱਸਦਾ ਉਹਨਾਂ ਨੇ ਡਰਿੱਲ ਨਾਲ ਛੇਕ ਮਾਰ ਕੇ ਡਰਿੱਲ ਮੈਂ ਲਿਆਂਦੀ ਆ ਕੱਲ੍ਹ ਦੀ ਕੱਲ੍ਹ ਆਏ ਕਿ ਪਰਸੋਂ ਆਏ ਜਦੋਂ ਵੀ ਹੁੰਦੀ ਆ ਆਹੋ ਕੱਲ੍ਹ ਆਏ ਕੱਲ੍ਹ ਇਹ ਵੀ ਚੇਤਾ ਭੁੱਲ ਜਾਂਦਾ ਹੁਣ ਯਾਦਾਸ ਬਾ ਵਿਆਹ ਹੋ ਗਿਆ ਹੁਣ ਕਮਜ਼ੋਰੀ ਹੋਣੀ ਹੁਣ ਯਾਦਾਸ ਬਸ ਬੜੀ ਤਗੜੀ ਬਹਾਦਰੀ ਵਾਲਾ ਕੰਮ ਹੀ ਉਹ ਕੰਮ ਮਾੜਾ ਨਹੀਂ ਹੈਗਾ ਜਿਗਰਾ ਚਾਹੀਦਾ ਵਿਆਹ ਕਰਾਉਣ ਵਾਸਤੇ ਕਈ ਬੰਦੇ ਵਿਆਹ ਨਹੀਂ ਕਰਾਉਣ ਡਰਦੇ ਲੈ ਵੀ ਮਿੱਤਰੋ ਕੰਮ ਕਰਤਾ ਪੱਕਾ ਠੀਕ ਹੈ ਇਹ ਨਹੀਂ ਜਾਂਦੀ ਹੁਣ ਕਿਤੇ ਹੁਣ ਬੰਤੀ ਇੱਧਰੋਂ ਤਾਰ ਅਤੇ ਉੱਧਰੋਂ ਉਹ ਵੇਖੋ ਛੇਕ ਤਾਂ ਮਾਰ ਕੇ ਉੱਧਰ ਬੰਤੀ ਤੀ ਇੱਕ ਉਹ ਉੱਥੇ ਛੇਕ ਮਾਰਿਆ ਉੱਧਰ ਬੰਤੀ ਕਰਤਾ ਕੰਮ ਪੱਕਾ ਦੋ ਤਾਰਾਂ ਇੱਕ ਇੱਧਰੋਂ ਬੰਤੀ ਉੱਧਰ ਨੂੰ ਚੱਲ ਗਏ ਹੋ ਗਏ ਤਿਆਰ ਹਾਂ ਚੱਲੇ ਹਾਂ ਮੈਨੂੰ ਦੀਦੀ ਹੁਣ ਵਾਲਾ ਗੱਡੀ ਦੀ ਵੇਟ ਕਰਨੀ ਆ ਵਰਕਸ਼ਾਪ ਤਾਂ ਆਪਣੇ ਆਪ ਗੱਡੀ ਇੱਥੇ ਆ ਜਾਣੀ ਹੈ ਉੱਧਰੋਂ ਉਹ ਸੁਲਤਾਨਵਿੰਡ ਰੋਡ ਤੋਂ ਨਾ ਮੁੰਡਾ ਇੱਕ ਉੱਥੇ ਲੱਗਾ ਹੋਇਆ ਅਤੇ ਉਹ ਮੈਨੇਜਰ ਕਹਿੰਦਾ ਉਹਦੇ ਹੱਥ ਮੈਂ ਗੱਡੀ ਭੇਜ ਦਾਂ ਉੱਥੇ ਦਾ ਜਿਹੜਾ ਮੇਨ ਉਹਨਾਂ ਦਾ ਮੈਨੇਜਰ ਹੈਗਾ ਹੈ ਉਹਨਾਂ ਮੇਰੀ ਗੱਲ ਹੋ ਗਈ ਹੈ ਲੈ ਹੁਣ ਮੈਨੂੰ ਦੀਦੀ ਵੱਲ ਜਾਣ ਡਿਆ ਇਹ ਰਿਕਸ਼ਾ 'ਤੇ ਬੈਠ ਕੇ ਕਿਉਂਕਿ ਇਹ ਗੱਡੀ 'ਤੇ ਆਪਣੀ ਤੁਹਾਨੂੰ ਪਤਾ ਹੀ ਆ ਵਰਕਸ਼ਾਪ ਲੱਗੀ ਹੋਈ ਆ ਜਾ ਰਹੇ ਹਾਂ ਈ ਰਿਕਸ਼ਾ ਦੇ ਵਿੱਚ ਨਹੀਂ ਤਾਂ ਕਦੀ ਨਹੀਂ ਵੈਸੇ ਜੇ ਜਾਂਦੇ ਨਾ ਘੱਟ ਹੀ ਜਾਈਦਾ ਕਦੀ ਕਿਤੇ ਕਿਤੇ ਬਸ ਜਾਂ ਇਹ ਤਾਂ ਮੰਮੀ ਵੀ ਜ਼ਿਆਦਾਤਰ ਬਾਜ਼ਾਰ ਜਾਂਦੀ ਹੁੰਦੀ ਫਿਰ ਜਾਂਦੀ ਹੁੰਦੀ ਵੇਲਾ ਤੁਹਾਡਾ ਕਹਿਣਾ ਸੀ ਮੋੜਿਆ ਤੁਸੀਂ ਕਿਹਾ ਵੀ ਸੰਡੂ ਸਾਹਿਬ ਬੂਟ ਪਾ ਲਓ ਅਤੇ ਆਪਾਂ ਆਉਂਦੇ ਪਾ ਲਏ ਫਿਰ ਕਿਉਂ ਮੰਨਦੇ ਜੇ ਇਹਨੂੰ ਕਹਿੰਦੇ ਪਿਆਰ ਬੂਟਾਂ ਤੱਕ ਨਹੀਂ ਹੁਣ ਜਾਣਾ ਹੈ ਬਾਜ਼ਾਰ ਹੁਣ ਵੀ ਜਾਣਾ ਤਾਂ ਪਾਈ ਪਾਲੋ ਪਾਲੋ ਠੰਡ ਬਹੁਤ ਹੈ ਗੱਡੀ ਛੱਡ ਗਿਆ ਮੁੰਡਾ ਮੁੰਡੇ ਦਾ ਧੰਨਵਾਦ ਕਰਨਾ ਬਣਦਾ ਹੈ ਇੱਥੇ ਨਾਲ ਹੀ ਮੰਦਰ ਵਾਲੇ ਬਾਜ਼ਾਰ ਦੇ ਮੂਹਰੇ ਛੱਡ ਗਿਆ ਸੀ ਅਤੇ ਹੁਣ ਮੈਂ ਜਾ ਰਿਹਾ ਮੈਨੂੰ ਦੀਦੀ ਹੁਣਾਂ ਦੇ ਘਰੇ ਉੱਧਰ ਭਾਜੀ ਹੁਣੀ ਮੇਰੇ ਨਾਲ ਆਏ ਕਿ ਮਨਿੰਦਰ ਭਾਜੀ ਮੈਨੂੰ ਬਾਈਕ 'ਤੇ ਇੱਥੇ ਛੱਡ ਗਏ ਨੇ ਲੱਭਣ ਡਈ ਕੁਛ ਨਾ ਕੁਛ ਕੱਢੂਗੀ ਅੱਜ ਮੈਂ ਕਰਨਾ ਫੋਨ 'ਚ ਵੀ ਬੜਾ ਮੈਂ ਬੜੇ ਚਿਰ ਦੀ ਕੋਸ਼ਿਸ਼ ਕਹਿਣਾ ਮੈਨੂੰ ਮੇਰੇ ਕੋਲ ਕੁਛ ਨਹੀਂ ਨਿਕਲਿਆ ਹੁਣ ਇਹਨੇ ਕੱਢਣਾ ਕੁਛ ਨਾ ਕੁਛ ਕਿਹੜਾ ਸੱਪ ਕੱਢ ਦਈਏ ਫੋਨ ਹਰ ਗੁਣ ਕੱਲੀ ਚਲਾਉਣ ਦੇ ਹੀ ਆ ਹੋਰ ਕੋਈ ਨਹੀਂ ਚਲਾਉਣ ਦਿਆ ਜਾਂ ਆ ਭਾਜੀ ਚਲਾਉਣ ਦੇ ਬਸ ਮੇਰੇ ਹੱਥ 'ਚ ਫੋਨ ਹੀ ਨਹੀਂ ਹਾਂ ਪਰਲੀ ਸਾਈਡ ਕਿੱਧਰ ਗਿਆ ਫੋਨ ਉਹ ਸਾਈਡ ਤੇ ਪਿਆ ਵਾ ਇੱਕ ਮਿੰਟ ਇਹਨੂੰ ਧੋਖਾ ਮਾਰੋ ਇਹੋ ਡੀ ਚਲਾਉਣ ਪਹਿਲਾਂ ਹਰ ਗੁਣੀ ਉਹਨਾਂ ਦੇ ਚੂਚੇ ਦੇ ਹੋਰੇ ਘੰਟਾ ਕਰਾ ਜਾਣੀ ਇਹਨੇ ਮਾਰ ਦੇਣਾ ਇੱਕ ਅੱਧਾ ਇਹਦੀ ਲੋੜ ਹੀ ਨਹੀਂ ਯਾਰ ਇਹਦੀ ਲੋੜ ਥੋੜੀ ਸੀਗੀ ਯਾਰ ਕੀ ਕਰਨ ਡੇ ਤੈਨੂੰ ਇਹਦੀ ਲੋੜ ਗਾਂ ਤੋਂ ਖੇਚਲ ਨਹੀਂ ਕਰਨੀ ਤੁਹਾਨੂੰ ਪਤਾ ਫਿਰ ਮੈਂ ਮੇਰੇ ਤੇ ਜ਼ਿੰਮੇਵਾਰ ਕੋਈ ਨਹੀਂ ਹੈਗਾ ਬਸ ਬਸ ਸਿਆਣੇ ਤੁਸੀਂ ਹੈਗੇ ਵੈਸੇ ਯਾਰ ਆ ਵੇਖੋ ਮੈਂ ਤਾਂ ਹੀ ਤਾਂ ਕਹਿਣ ਡਿਆ ਵੀ ਲੋੜ ਹੀ ਨਹੀਂ ਹੁੰਦੀ ਤੁਸੀਂ ਤਾਂ ਐਵੇਂ ਮਤਲਬ ਖੇਚਲ ਕਰਦੇ ਜੇ ਇੰਨੀ ਜ਼ਿਆਦਾ ਖੇਚਣੇ ਮੈਂ ਤਾਂ ਖਾਧਾ ਹੀ ਨਹੀਂ ਤਾਂ ਆਹ ਹੁਣ ਮੈਂ ਚਲੋ ਕੈਮਰੇ ਸਾਹਮਣੇ ਖਾਧਾ ਆ ਬਾਕੀ ਆ ਸਾਂਢੂ ਮੇਰਾ ਜਾਣੇ ਮੈਂ ਤਾਂ ਸੰਦੀਪ ਖਾ ਗਿਆ ਭਰੀ ਸੀ ਪੂਰੀ ਹੁਣ ਮੈਂ ਗੱਡੀ ਦਾ ਕੋਈ ਕਲੇਮ ਕਲੂਮ ਕੁਛ ਨਹੀਂ ਲਿਆ ਯਾਰ ਆਹ ਚੀਜ਼ਾਂ ਦੋਵਾਂ ਬਾਰੇ ਕੱਲ੍ਹ ਹੀ ਕਲੇਮ ਲੈਣਾ ਆਪਣਾ ਹੈ ਨਾ ਸਿੱਬਲ ਕੇ ਕੀ ਹੁੰਦਾ ਯਾਰ ਉਹ ਕੱਲ੍ਹ ਹੀ ਖਰਾਬ ਕਰਨਾ ਕੀ ਹੁੰਦਾ ਜਿਹੜਾ ਆਹ ਵੇਖੋ ਜਾਂ ਤਾਂ ਉਹ ਨਾ ਮਤਲਬ ਬੰਪਰ ਪਾੜ ਗਿਆ ਜਾਂ ਕੋਈ ਗੱਲ ਆ ਆਹ ਕੁਛ ਨਾ ਇੱਥੇ ਕਲਮਾਂ ਲਾ ਛੱਡਾਂਗੇ
ਜਿਹੜਾ ਆਹ ਟੁੱਟਾ ਨਾ ਇਹਦੇ ਉੱਤੇ ਕੀ ਕਰਾਂਗੇ ਵੀ ਇਵੇਂ ਮਾੜੀ ਜਿਹੀ ਫੈਬਰਿਕ ਪਾ ਕੇ ਇਹਦੇ ਅੰਦਰ ਕੀ ਕਰੂੰ ਮੈਂ ਟੇਪ ਕਰਵਾ ਦਾਂਗਾ ਬਸ ਬਲੈਕ ਕਲਰ ਦੀ ਆਹ ਇੰਨੇ ਹਿੱਸੇ ਇਹਦੇ ਵਿੱਚ ਇਹਦੇ ਵਿੱਚ ਟੇਪ ਕਰਵਾ ਦਾਂਗਾ ਬਸ ਬਾਕੀ ਕੁਛ ਨਹੀਂ ਬਾਕੀ ਸਾਰਾ ਕੁਛ ਠੀਕ ਹੀ ਹੈ ਲਗਭਗ ਲਾਈਟ ਨਹੀਂ ਹਿੱਲੀ ਕੁਛ ਨਹੀਂ ਹੋਇਆ ਬਾਕੀ ਠੀਕ ਆ ਮਹਾਰਾਜ ਦੀ ਕਿਰਪਾ ਜੀ ਕੁਛ ਨਹੀਂ ਹੋਇਆ ਜੇ ਤੁਸੀਂ ਪੁੱਛਦੇ ਹੋ ਇੰਸ਼ੋਰੈਂਸ ਤੋਂ ਬਿਨਾਂ ਦਾ ਖਰਚਾ ਵੀ ਇੰਸ਼ੋਰੈਂਸ ਤੋਂ ਬਿਨਾਂ ਆਪਾਂ ਕਰਵਾਈਏ ਨਾ ਪਤਾ ਕਿੰਨਾ ਖਰਚਾ ਦੱਸਿਆ ਇਹਨਾਂ 3500 ਰੁਪਇਆ ਪੇਂਟ ਦਾ ਦੱਸਿਆ ਵਾ ਬਾਕੀ ਆਹ ਕਰੋਮ ਵੀ ਟੁੱਟੀ ਜਾ ਵੇਖਿਓ ਇੱਥੋਂ ਆਹ ਟੁੱਟੀ ਹੋਈ ਜਾ ਵੇਖੋ ਇਹ ਵੀ ਟੁੱਟ ਗਈ ਆ ਇਹਦਾ ਭਰਾਵਾ ਬੜਾ ਰੇਟ ਗਈ ਇਹ ਪਾਨੀ 4000 ਦੀ ਕਿ ਪਾਨੀ 3000 ਦੀ ਇਹ ਜੁਖਣੀ ਆਹ ਕਹਿੰਦਾ ਟੁੱਟੀ ਵੱਖਰੀ ਇਹ ਵੱਖਰੀ ਆ ਅਤੇ ਆਹ ਜਿਹੜੀ ਇਹ ਵੱਖਰੀ ਆ ਜਿਹੜੀ ਆ ਪੇਂਟ ਹੋਣਾ ਉਹ ਵੱਖਰਾ ਹੋਣਾ ਆ ਅਤੇ ਲੇਬਰ ਲੂਬਰ ਪਾ ਕੇ ਤਾਂ ਕਹਿੰਦਾ 10,670 ਰੁਪਈਏ ਇੱਦਾਂ ਕਰਕੇ ਰੇਟ ਬਣਾਇਆ ਉਹਨਾਂ ਨੇ ਇੰਨੀਆਂ ਕੁ ਚੀਜ਼ਾਂ ਦਾ ਹੁਣ ਚੱਲੇ ਹਾਂ ਥੋੜ੍ਹਾ ਜਿਹਾ ਮਾਰਕੀਟ ਦੇਖੋ ਕਿਹੜੀ ਸਾਈਡ ਜਾਂਦੇ ਹਾਂ ਵੀ ਭਾਅ ਜੀ ਹੁਣ ਖੜਨਗੇ ਕਹਿੰਦੇ ਆ ਵੀ ਅੱਜ ਕੁਛ ਖਾਣ ਚੱਲਦੇ ਸਪੈਸ਼ਲ ਮੈਂ ਕਿਹਾ ਚਲੋ ਠੀਕ ਆ ਕੀ ਖਵਾਉਂਦੇ ਤੁਸੀਂ ਅੰਮ੍ਰਿਤਸਰ ਦਾ ਕੁਛ ਸਪੈਸ਼ਲ ਹੈਂ ਅੰਮ੍ਰਿਤਸਰ 'ਚ ਸਭ ਕੁਛ ਸਪੈਸ਼ਲ ਹੀ ਹੈ ਲੈ ਹਰ ਚੀਜ਼ ਬੀਬੀਆਂ ਬੋਲਦੀਆਂ ਨੀ ਸਟੇਸ਼ਨ ਹਾਂ ਤੇ ਹੁਣ ਦੇ ਜ਼ਮਾਨੇ ਦੇ ਹਿਸਾਬ ਨਾਲ ਬੋਲੀ ਫਿਰ ਹੈਗਾ ਇਹ ਸਟੇਸ਼ਨ ਹਨਾ ਅਸਲੀ ਪਹਿਲਾਂ ਵੇਲੇ ਇਹ ਨਹੀਂ ਵੀ ਮਤਲਬ ਉਹਨਾਂ ਨੂੰ ਨਾਂ ਨਹੀਂ ਲੈਣਾ ਆਉਂਦਾ ਇਹ ਪਹਿਲਾਂ ਬੋਲਦੇ ਸਟੇਸ਼ਨ ਹੀਗੇ ਹੁਣ ਸਟੇਸ਼ਨ ਕਹਿਣ ਲੱਗ ਪਏ ਆ ਭਾਅ ਜੀ ਕੁਝ ਖਵਾਓਗੇ ਕਿ ਰੋਡ ਦੇ ਉੱਤੇ ਘੁਮਾਈ ਜਾਓਗੇ ਬਸ ਖਾਣਾ ਕੀ ਦੱਸੋਗੇ ਤਾਂ ਲੈ ਕੇ ਜਾਊਂਗਾ ਕਿਤੇ ਲੈ ਹੱਦ ਹੋ ਗਈ ਯਾਰ ਪਹਿਲਾਂ ਤੁਹਾਨੂੰ ਇਹ ਤਾਂ ਮਤਲਬ ਘਰੋਂ ਦੱਸਣਾ ਪਿਆ ਕਰੋਗੇ ਵੀ ਅੱਜ ਆਪਾਂ ਆਹ ਚੀਜ਼ਾਂ ਖਾਣੀਆਂ ਸਪੈਸ਼ਲ ਕੀ ਖਵਾਵਾਂ ਸਪੈਸ਼ਲ ਕੁਛ ਨਹੀਂ ਖਾਣਾ ਤੁਸੀਂ ਫੁਲਕੇ ਦੋ ਖਵਾਓ ਤੇ ਚਲੀ ਕਰਨ ਆਗੇ ਢਾਬੇ ਦੱਸੋ ਲੈ ਹੱਦ ਹੋ ਗਈ ਯਾਰ ਮੈਂ ਤੁਸੀਂ ਮੇਰੇ ਬਟਾਲੇ ਆਓ ਤਾਂ ਮੈਂ ਕਹਿ ਸਕਦਾ ਹਾਂਜੀ ਭਾਅ ਜੀ ਵੀ ਤੁਹਾਨੂੰ ਵਧੀਆ ਜਗ੍ਹਾ 'ਤੇ ਖੜਦਾ ਮੈਂ ਜੇ ਇੱਧਰ ਖੜਦਾ ਜੇ ਉੱਧਰ ਖੜਦਾ ਹੁਣ ਮੈਂ ਤੁਹਾਡੇ ਅੰਮ੍ਰਿਤਸਰ 'ਚ ਆਇਆ ਮੈਨੂੰ ਪਤਾ ਨਹੀਂ ਰੋਟੀ ਕਿਹਦੀ ਚੰਗੀ ਹੈ ਨਾਲੇ ਪਹਿਲੀ ਗੱਲ ਇਹ ਢਾਬਾ ਵੇਖੋ ਕੋਈ ਚੰਗਾ ਜਿਹਾ ਨਾਲੇ ਆਪਣੀ ਜੇਬ ਵੇਖੋ ਉਹ ਹਿਸਾਬ ਨਾਲ ਖਿਲਾਰੋ ਯਾਰ ਠੀਕ ਆ ਨੀ ਗੱਲ ਹਾਂ ਤੇ ਜਦੋਂ ਮੈਂ ਆਪਣੇ ਬਟਾਲੇ ਆਊਂਗਾ ਕਿਉਂਕਿ ਮੇਰੀ ਜੇਬ 'ਚ ਕਦੇ ਕਦੇ ਘੱਟ ਹੁੰਦੇ ਮੈਂ ਤਾਂ ਕਰਕੇ ਕਹਿਣ ਡਿਆ ਵੀ ਤੁਸੀਂ ਫਿਰ ਕਹਿ ਦੋ ਵੀ ਤੁਸੀਂ ਬਟਾਲੇ ਆਓ ਫਿਰ ਤੁਸੀਂ ਨਾ ਕਦੇ ਆ ਯਾਰ ਇੱਥੇ ਖਿਲਾਫ ਅੰਡਰ ਸਟੇਸ਼ਨ ਦੇ ਸਾਹਮਣੇ ਨਾ ਬਸ ਖਿਲਾਰੀ ਗਾਹ ਕਦੇ ਖਿਲਾਰ ਲਾ ਹਾਂ ਚੰਗੀ ਜਗ੍ਹਾ ਸਟੇਸ਼ਨ ਆਪਾਂ ਘੁੰਮ ਰਹੇ ਹਾਂ ਇਸ ਟਾਈਮ ਪਾਪਾ ਕਿੱਥੇ ਆ ਗਏ ਆਪਾਂ ਕੁੰਦਨ ਢਾਬੇ ਦੇ ਹਰਗੁਣ ਦੇ ਨਾਲ ਪਾਪਾ ਪਾਪਾ ਬੀਬੀ ਕਿੱਥੇ ਆ ਮੰਮਾ ਕਿੱਥੇ ਮੰਮਾ ਮੰਮਾ ਹੋਏ ਨੀ ਆਪਣੇ ਆਪ ਸੰਦੀਪ ਕਹਿੰਦੇ ਦੋ ਪਨੀਰ ਮੰਗਾਏ ਆ ਤਾਂ ਉਹਨੇ 4 ਦਿੱਤਾ ਵਾ ਇਹਨਾਂ ਦਾ ਬਹੁਤ ਔਖਾ ਹੀ ਮੱਖਣ ਜ਼ਿਆਦਾ ਨਹੀਂ ਪਾਤਾ ਪਹਿਲਾਂ ਏਦਾਂ ਕਰੀ ਮੈਂ ਉਹਨਾਂ ਨੂੰ ਕਹਾਂ ਮੈਨੂੰ ਦੀਦੀ ਹੁਣ ਚੀਚਾ ਫੜਾਓ ਆਪਾਂ ਸਭ ਨੂੰ ਪਹਿਲਾਂ ਫ੍ਰੀ ਹੋਈ ਮੈਂ ਤੇ ਪ੍ਰਸ਼ਾਦਾ ਛਕ ਲਿਆ ਭਾਅ ਜੀ ਹੁਣੀ ਛਕ ਰਹੇ ਜੀ ਅਤੇ ਆਪਣਾ ਸ਼ਰਾਬ ਇਹ ਨਾਲ ਦੀ ਨਾਲ ਮੋਬਾਈਲ ਦੇਖ ਰਿਹਾ ਹਰਗੁਣ ਦੇਖੋ ਆਪਣਾ ਮੂੰਹ ਸਾਫ਼ ਕਰਨ ਦੀ ਗੱਡੀ ਦੀਆਂ ਲਾਈਟਾਂ ਉਹ ਦੋਨੋਂ ਓਕੇ ਆ ਦੋਨੋਂ ਚੈੱਕ ਕਰ ਲਈਆਂ ਉਹ ਠੀਕ ਆ ਵੀ ਹੁਣ ਚੱਲੇ ਹਾਂ ਘਰ ਵਾਪਸੀ ਇਹ ਦਾਲ ਇਹਨਾਂ ਖਾਧੀ ਨਹੀਂ ਪੈਕ ਕਰਾ ਲਈਏ
ਇੱਕ ਤਾਂ ਪਤਾ ਨਹੀਂ ਕੀ ਗੱਲ ਹੈ, ਬੜਾ ਸੋਚ ਸੋਚ ਕੇ ਉਤਰਦੇ ਹੀ, ਪਤਾ ਨਹੀਂ ਕੀ ਗੱਲ ਵੀ ਦੱਸ, ਡਰ ਆਉਂਦਾ ਉਤਰੋ ਗਾ। ਮੈਂ ਸੋਚ ਸੋਚ ਕੇ ਉਤਰ, ਲੈ ਸੁੱਟਤਾ ਜੀਓ, ਨੁਕਸਾਨ ਕਰਤਾ ਨਾ। ਕੁੜੀ ਮੇਰੀ ਉੱਠ ਗਈ, ਉਹ ਵੀ ਸੌਂ ਗਿਆ ਵਾ, ਭਲਵਾਨ ਵੀ ਸੌਂ ਗਿਆ। ਹੁਣ ਭਾਅ ਜੀ ਦੇਖੋ ਆਪਣੇ ਬੇਟੇ ਨੂੰ ਪੜ੍ਹਾ ਰਹੇ ਆ, ਕਿਉਂਕਿ ਸਵੇਰੇ ਇਹਦਾ ਹੈਗਾ ਪੇਪਰ। ਅਰਮਾਨ ਨਾਲ ਬੈਠਾ ਬਹੁ, ਬਾਪੂ ਪੜ੍ਹਿਆ ਲਿਖਿਆ ਉਹਦੇ, ਕੁਝ ਸਿੱਖ ਲਓ, ਕੰਮ ਆਊਗਾ। ਮੇਰੇ ਜਦੋਂ ਵੀ ਤੈਨੂੰ ਇੱਦਾਂ ਦਾ ਟੇਬਲ ਲਾ ਦੇਣਾ ਕੋਈ ਵੀ, ਹੈ ਨਾ, ਅਤੇ ਉਸ ਟਾਈਮ ਦੇ ਉੱਤੇ ਤੂੰ ਕੀ ਕਰਨਾ ਬੜਾ ਆਵੇ।